ਵੀ ਮਿੱਤਰੋ ਤੁਹਾਡਾ ਸਵਾਗਤ ਆ ਆਪਣੇ ਵਲੌਗ ਦੇ ਵਿੱਚ। ਆਪਣਾ ਦਿਨ ਹੁੰਦਾ ਅਤੇ ਲੋਕਾਂ ਦੀ ਰਾਤ ਹੁੰਦੀ ਆ, ਲੇਕਿਨ ਅੱਜ ਸਾਡਾ ਆਊਟ ਹੋਇਆ, ਸਾਡੀ ਵੀ ਰਾਤ ਹੀ ਅੱਜ। ਅਤੇ ਅੱਜ ਆਪਾਂ ਚੱਲੇ ਹਾਂ ਕਿੱਥੇ? ਦਿਨ ਦਿਹਾੜੇ ਲੈ ਚੱਲਾਂ ਆਪਾਂ ਚੱਲੇ ਹਾਂ, ਮਿੱਤਰ ਆਇਆ ਸਾਡੇ, ਮਿੱਤਰ ਪਿਆਰੇ ਇੰਡੀਆ ਤੋਂ। ਇੰਡੀਆ ਤੋਂ? ਹਾਂ, ਕਾਲਜ ਵਾਲੇ, ਕਾਲਜ ਵਾਲੇ ਇਹਨੂੰ ਕਾਲ ਆਈ ਆ ਸੜਨ ਲਈ, ਅਤੇ ਆਪਾਂ ਹੁਣ ਚੱਲੇ ਹਾਂ ਮਿਲਣ। ਅਤੇ ਫਿਰ ਆਪਾਂ ਜੋ ਵੀ ਪ੍ਰੋਗਰਾਮ ਮਿਲਦਾ ਜਾਂ ਬਣਦਾ ਹੈ ਨਾ, ਉਹ ਤੁਹਾਨੂੰ ਆਪਾਂ ਦੱਸਦੇ ਹਾਂ ਰਾਹ ਦੇ ਵਿੱਚ ਆ ਕੇ। ਗੱਡੀ 'ਚ ਬਹਿ ਕੇ ਗੱਲਾਂ ਕਰਦੇ ਹਾਂ, ਘੈਂਟ ਵਾਲੀਆਂ। ਆ ਜਾਓ ਫਿਰ। ਕੀ ਟਾਈਮ ਹੋ ਗਿਆ ਤੁਹਾਡੇ? ਟਾਈਮ ਹੋ ਗਿਆ 9:15 ਹੋ ਗਿਆ। 9:15? ਮੂੰਹ ਕਿਉਂ ਜਾ ਘਰੇ ਇੰਨਾ ਯਾਰ? ਆਪਾਂ ਮੋਇਸਚਰਾਈਜ਼ਰ ਲਾਇਆ, ਮੇਰਾ ਚੰਪਰ ਅੱਜ ਕੱਲ੍ਹ ਮੇਰਾ ਚੰਪਰ ਜ਼ਿਆਦਾ ਮੂੰਹ ਹੈ ਫਿਰ। ਅਤੇ ਲਓ ਵੀ ਮਿੱਤਰੋ, ਆਪਾਂ ਪਹੁੰਚ ਗਏ ਗੱਡੀ ਕੋਲ, ਅਤੇ ਗੱਡੀ ਅੱਜ ਮੁੰਡਾ ਧੋ ਗਿਆ, ਅਤੇ ਅੱਜ ਸਾਡਾ ਟਾਈਮ ਵੀ ਹੈ ਬਾਹਰ ਨਿਕਲਣ ਦਾ, ਕੰਮ ਧੰਦੇ ਅੱਜ ਬੰਦ। ਚੱਲੀਏ ਫਿਰ, ਚੱਲ ਫਿਰ ਮਿਲਦੇ ਰਾਹ ਦੇ ਵਿੱਚ। ਤੇ ਗੱਲ ਹੈਗੀ ਏਦਾਂ ਮਿੱਤਰੋ, ਤੇ ਅੱਜ ਅਸੀਂ ਦੋਨੇ ਫ੍ਰੀ, ਕਿਉਂ ਸਲੀਮ? ਸਾਡੇ ਕੋਲ ਹੈਗਾ ਟਾਈਮ, ਮਤਲਬ 12-12 ਘੰਟੇ, 24-24 ਘੰਟੇ। ਤੁਹਾਨੂੰ ਪਤਾ ਬਾਹਰ ਦੀਆਂ ਕਮਾਈਆਂ ਸੌਖੀਆਂ ਨਹੀਂ ਹੈਗੀਆਂ। ਬੰਦਾ ਉਹ ਫੇਰ ਹੁੰਦਾ ਜਿਹੜਾ ਆਪਣੇ ਟਾਈਮ ਨੂੰ ਕੈਲਕੂਲੇਟ ਨਹੀਂ ਕਰ ਸਕਦਾ, ਹੈ ਨਾ ਸਲੀਮ? ਔਰ ਆਪਾਂ ਫੇਲੀਅਰ ਹੈ ਨਹੀਂ, ਆਪਾਂ ਕੈਲਕੂਲੇਟ ਕੀਤਾ ਹੋਇਆ। ਕੈਲਕੂਲੇਟ ਤਾਂ ਬੜਾ ਕਰ ਲੈਂਦਾ ਮੈਂ ਤਾਂ, ਅਸੀਂ ਮੇਰੇ ਕੋਲ ਟਾਈਮ ਹੀ ਬਹੁਤ ਆ ਕੈਲਕੂਲੇਟ ਕਰਨ ਦਾ, ਤੇ ਅਸੀਂ ਕਰ ਲਿਆ ਅੱਜ ਟਾਈਮ ਕੈਲਕੂਲੇਟ। ਅਸੀਂ ਅੱਜ ਹੋਇਆ ਨਾ ਕਾਮਯਾਬ, ਤੇ ਹੋਪ ਸੋ ਤੁਸੀਂ ਵੀ ਹੋਵੋ ਕਾਮਯਾਬ, ਹੈ ਨਾ ਯਾਰ? ਤੇ ਆਪਾਂ ਤੁਹਾਨੂੰ ਅੱਜ ਰਾਤ ਦਾ ਮਾਹੌਲ ਦਿਖਾਉਣਾ ਵਧੀਆ ਘੈਂਟ, ਹੈ ਨਾ? ਮਿੱਤਰ ਆਇਆ ਪੰਜਾਬ ਤੋਂ, ਬਸ ਮੇਨ ਗੱਲ ਤਾਂ ਦੋਸਤਾਂ ਨੂੰ ਮਿਲਣ ਦੀ ਮੇਨ, ਹੈ ਨਾ? ਤੇ ਤੁਹਾਨੂੰ ਮੈਂ ਇਹਦਾ ਰੀਜ਼ਨ ਦੱਸਦਾ। ਅਗਰ ਤੁਸੀਂ ਪੁਰਾਣੇ ਵਲੌਗ ਦੇਖੋ ਯਾਰ, ਮੈਨੂੰ ਐਗਜੈਕਟ ਟਾਈਟਲ ਯਾਦ ਨਹੀਂ ਹੈਗਾ, ਤੇ ਅਗਰ ਤੁਸੀਂ ਪੁਰਾਣੇ ਵਲੌਗ ਦੇਖੋ ਨਾ, ਸਾਡੇ ਜਿੰਨੇ ਵੀ ਅਸੀਂ ਵਲੌਗ ਬਣਾਏ ਆ, ਵੈਸੇ ਆਪਦੇ ਮਿੱਤਰ ਨੂੰ ਮਿਲ ਚੱਲੇ ਆ, ਉਹ ਸਾਰੇ ਪੰਜਾਬ ਤੋਂ ਆਏ ਨੇ ਇੱਥੇ ਮਿਲਣ ਸਾਨੂੰ, ਆਏ ਮਤਲਬ ਦੁਬਈ 'ਚ ਆਏ ਆਉਂਦੇ ਆ ਵਿਜ਼ਿਟ ਕਰਨ ਲਈ, ਅਤੇ ਜਿਹੜਾ ਸਾਨੂੰ ਇਨਫੋਰਮੇਸ਼ਨ ਦਿੰਦਾ ਸੀ ਉਹਨੂੰ ਜ਼ਰੂਰ ਮਿਲਦੇ ਹਾਂ। ਔਰ ਅੱਜ ਬੜੇ ਲੰਬੇ ਟਾਈਮ ਬਾਅਦ ਥੋੜ੍ਹਾ ਗੈਪ ਪਾਤਾ ਸੀਗਾ, ਅਤੇ ਸਾਨੂੰ ਥੋੜ੍ਹੀਆਂ ਕੰਪਲੇਂਟਾਂ ਆ ਗਈਆਂ ਸੀ ਵੀ ਸਮਝ ਕੇ ਆਉਂਦੇ ਨੇ, ਅਤੇ ਅੱਜ ਸਾਡੇ ਮਿੱਤਰ ਆਏ ਨੇ ਪਿਆਰੇ, ਅਤੇ ਵਧੀਆ ਇਹਦੇ ਮਿੱਤਰ ਨੇ, ਐਕਚੁਅਲ 'ਚ ਇਹਦੇ ਮਿੱਤਰ ਨੇ, ਅਤੇ ਮੈਂ ਇਹਦੇ ਨਾਲ ਚੱਲਿਆ, ਮੈਂ ਤਾਂ ਵੱਡਾ ਭਰਾ ਵਾਂ, ਹੈ ਨਾ? ਅਤੇ ਸਮਝ ਲਓ 4-5 ਸਾਲ ਪਹਿਲਾਂ ਵਾਲੇ ਮਿੱਤਰ ਨੇ ਇਹਦੇ, ਪੈਟਰੋਲ ਪਵਾ ਲਿਆ। 5 ਸਾਲ ਕਿਉਂ, 10-12 ਸਾਲ ਦੀ ਗੱਲ ਕਰ। ਨਹੀਂ ਨਹੀਂ, ਜਿਹੜੇ ਸਾਰਾ ਤੂੰ ਮੇਰੇ ਤੋਂ ਛੋਟਾ, ਮੈਂ 4 ਸਾਲ ਛੋਟਾ ਤੂੰ ਮੇਰੇ ਤੋਂ। ਮੈਂ ਹਵਾ ਭਰਨੀ ਯਾਰ, ਉਹ ਗੱਡੀ ਲਾਈ ਖੜਾ। ਉਹਨੇ ਨਹੀਂ ਹਜੇ ਕੰਮ ਸੈੱਟ ਕਰਨਾ, ਉਹ ਆਹਦਾ ਰੇਡੀਏਟਰ ਭਰ ਲੱਗਿਆ, ਇਹਦੀ ਗੱਲ ਕਰ ਰਿਹਾ, ਸਮਝੀ ਗੱਲ ਨੂੰ, ਇਹਦੀ ਗੱਲ ਕਰ ਰਿਹਾ। ਅਤੇ ਇਹ ਰੇਡੀਏਟਰ ਏਡੀ ਗੱਡੀ ਦਾ ਕਿਹੜੀ ਬੋਟਲ ਨਾਲ ਭਰਨ ਲੱਗਿਆ ਤੁਸੀਂ ਦੇਖ ਲਓ ਆਪਣੇ ਆਪ ਹੀ। ਇਹ ਮੈਂ ਦੱਸਣ ਜਾ ਰਿਹਾ, ਜਿੰਨੇ ਵੀ ਤੁਹਾਡੇ ਦੋਸਤ ਬਣਦੇ ਆ, ਅਗਰ ਤਾਂ ਤੁਹਾਡਾ ਦੋਸਤ ਕੋਈ ਸਕੂਲ ਟਾਈਮ ਵੇਲਦਾ, ਕਿਉਂ ਸੁਣੀ, ਮੋਸਟ ਵੈਲਕਮ ਕਹੋ ਉਹਨੂੰ। ਸਕੂਲ ਟਾਈਮ ਵੇਲਦਾ ਅਗਰ ਦੋਸਤ ਤੁਹਾਡਾ ਕੋਈ ਅੱਜ ਨੋਟ ਚੰਗੇ ਟਾਈਮ ਦੇ ਵਿੱਚ, ਚੰਗੇ ਟਾਈਮ ਦੀ ਗੱਲ ਨਹੀਂ ਮੈਂ ਕਰ ਰਿਹਾ, ਮਾੜੇ ਟਾਈਮ ਦੇ ਵਿੱਚ ਕੋਈ ਅਗਰ ਤੁਹਾਡਾ ਹਾਲ ਚਾਲ ਪੁੱਛ ਰਿਹਾ ਨਾ,
ਤੇ ਯਾਰ ਉਹਨੂੰ ਨਾ ਐ ਸੰਭਾਲ ਕੇ ਰੱਖੋ ਜਿਵੇਂ ਤੁਸੀਂ ਸੋਨਾ ਸੰਭਾਲ ਕੇ ਰੱਖਦੇ ਹੋ। ਕਿਉਂ ਉਸਨੇ ਮੈਨੂੰ ਕੀ ਕਹੇਗਾ? ਇਹੀ ਆ ਬਾਈ, ਇਹੀ ਰਹਿ ਜਾਂਦੇ ਹੁੰਦੇ ਆ, ਹੈਨਾ, ਇਹੀ ਰਸਤੇ ਹੁੰਦੇ ਆ। ਅਗਰ ਮੈਨੂੰ ਆ ਮੇਰੇ ਮਾੜੇ ਟਾਈਮ ਤੇ ਅਗਰ ਕਿਸੇ ਦੀ ਇੱਕ ਕਾਲ ਵੀ ਆ ਜਾਏ ਨਾ, ਬਾਈ ਆਪਾਂ ਤੇਰੇ ਨਾਲ ਖੜੇ ਆ, ਕੋਈ ਗੱਲ ਨੀ, ਸਾਨੂੰ ਪਤਾ ਲੱਗਿਆ ਸੀ ਵੀ ਆਹ ਗੱਲ ਹੋਈ ਤੇਰੇ ਨਾਲ, ਅਸੀਂ ਤੇ ਨਾਲ ਖੜੇ ਆ ਯਾਰ। ਉਹ ਗੱਲ ਨਾ ਜਿਹੜੀ ਹੌਸਲਾ ਦਿੰਦੀ ਆ, ਉਹ ਨਾ ਡਾਇਮੰਡ ਵੀ ਉਹਦਾ ਮੁੱਲ ਨੀ ਤਾਰ ਸਕਦਾ ਉਹ ਗੱਲ ਦਾ। ਪੁਰਾਣੇ ਉਹੀ ਰਹਿ ਜਾਂਦੇ ਨੇ ਜਿਹੜੇ ਸਕੂਲਾਂ ਕਾਲਜਾਂ ਟਾਈਮ ਦੇ ਵਿੱਚ ਤੁਹਾਡੇ ਨਾਲ ਨੇ। ਕਿਉਂ ਸਲੀਮ? ਉਹੀ ਰਹਿ ਜਾਂਦੇ ਉਹੀ ਆ ਨਾ ਮੇਰੇ ਜਿਹੜੇ ਯਾਰ ਦੋਸਤ ਨੇ। ਅੱਜ ਬੇਸ਼ੱਕ ਦੀ ਸਾਡੀ ਗੱਲ ਨਾ ਹੁੰਦੀ ਹੋਵੇ ਯਾਰਾਂ ਦੋਸਤਾਂ ਨਾਲ, ਜਿਹੜੇ ਮੇਰੇ ਪੁਰਾਣੇ ਯਾਰ ਨੇ ਚਾਰ ਪੰਜ ਕੀ ਨੇ, ਅੱਜ ਦੀ ਰਾਤ ਦੁਬਈ ਦੇ ਨਾਮ ਰੋਣਾ ਦੇ ਉੱਤੇ ਐਨ ਪੂਰੀ ਘੈਂਟ ਤਰੀਕੇ ਨਾਲ। ਚਲੋ ਜੀ, ਮਿਲਦੇ ਆ ਫਿਰ ਤੁਹਾਨੂੰ, ਬਾਬਾਸ। ਕੀ ਆ ਬੀਅਰ? ਚੱਲ ਫਿਰ ਚੱਕ ਲਾ, ਹਾਂ ਹਾਂ ਰੀਫਿਲ ਕਰ ਲਿਆ ਕਰਾਂਗੇ। ਅੱਜ ਹੋ ਰਹੀ ਹੈ ਸ਼ੋਪਿੰਗ, ਚੱਕ ਕੇ ਦਿਖਾ ਦੇ ਇੱਥੇ ਇੱਥੇ ਅਲਾਊ ਨਹੀਂ ਹੈ ਵੀਡੀਓ ਬਣਾਉਣਾ। ਲਓ ਵੀ ਮਿੱਤਰੋ, ਕੰਮ ਸਾਡਾ ਜਿਹੜਾ ਅਸੀਂ ਆਏ ਸੀਗੇ ਉੱਥੇ ਉਹ ਹੋ ਗਿਆ ਹੈ ਕਿ ਨਹੀਂ? ਕਿਉਂ ਸਲੀਮ? ਅਤੇ ਗਿਫਟ ਅਤੇ ਹੁਣ ਆਪਾਂ ਦਿਖਾ ਤਾਂ ਸਕਦੇ ਹਾਂ, ਲੇਕਿਨ ਇੱਕ ਅੱਧਾ ਸ਼ੋਟ ਆਪਾਂ ਅੰਦਰ ਬਣਾਇਆ ਵਾ, ਬਹੁਤ ਸਟ੍ਰਿਕਟ ਆ, ਮਤਲਬ ਉੱਥੇ ਅੰਦਰ ਵੀਡੀਓ ਨਹੀਂ ਬਣਾ ਸਕਦੇ। ਉਹ ਤੁਸੀਂ ਦੇਖ ਲਿਓ ਆਪਾਂ ਜੋ ਸ਼ੋਪਿੰਗ ਕੀਤੀ ਆ, ਠੀਕ ਆ। ਅਤੇ ਹੁਣ ਆਪਾਂ ਸਿੱਧਾ ਮਿਲਦੇ ਹਾਂ ਆਪਦੇ ਮਿੱਤਰਾਂ ਕੋਲ, ਅਤੇ ਆਪਾਂ ਥੋੜ੍ਹਾ ਜਿਹਾ ਪੁਸ਼ ਕਰਦੇ ਹਾਂ ਆਪਦੀ ਨਾਈਟ ਨੂੰ, ਸਹੀ ਆ ਨਾ? ਕਿਉਂ ਸਲੀਮ? ਚੱਲ ਚਲੋ, ਵੱਜ ਗਏ 10:30 ਨੂੰ ਪਹੁੰਚਦੇ ਹਾਂ। ਹਾਂ ਬਸ ਚਲੋ ਫਿਰ, 1-2 ਵਜੇ ਤੱਕ ਬੈਠਾਂਗੇ। ਚੱਲ ਠੀਕ ਆ, ਬਬਾਸ। ਸਾਰੇ ਰਾਹ ਜਾਣਦਾ, ਮਤਲਬ ਕਿਵੇਂ ਆ ਬੰਦਾ ਆਪਣਾ ਇਹ ਨਾਲ, ਮੈਂ ਤਾਂ ਹੀ ਬਹਿਣਾ ਹੁੰਦਾ ਵੀ ਆਪਣੇ ਕਰਦੇ ਰਿਪੋਰਟ। ਤੇ ਆਪਾਂ ਹੁਣ ਆਉਂਦਾ ਪਏ ਆ ਵੀ ਮਿੱਤਰੋ, ਮਿੱਤਰੋ ਗਵਰਨਮੈਂਟ ਆ ਗਈ ਤੀਜੀ ਵਾਰ ਮਿੱਤਰੋ, ਅੰਦਰ ਫੇਰ ਬਣਾ ਗਿਆ, ਅੱਤ ਕਰਾ ਗਿਆ ਪੂਰਾ ਮਾਮਾ। ਤੇ ਆਉਂਦਾ ਪਏ ਆ ਹੁਣ, ਤੁਹਾਨੂੰ ਸੋਹਣੇ ਸੋਹਣੇ ਸੀਨ ਦਿਖਾਵਾਂਗੇ ਦੁਬਈ ਦੇ, ਤੇ ਟੱਚ ਦੇ ਵਿੱਚ ਰਹੋ ਫਿਰ ਸਾਡੇ ਨਾਲ ਘੈਂਟ ਤਰੀਕੇ ਨਾਲ। ਕਿਉਂ ਸਲੀਮ? ਬਾਬਾ ਉਹ ਰਿਹਾ ਫਿਰ ਬੁਰਜ ਖਲੀਫਾ ਸਲੀਮ, ਕਿਆ ਨਜ਼ਾਰੇ ਦੁਬਈ ਦੇ। ਲੋ ਬਈ ਦੋਸਤੋ, ਆ ਗਏ ਹਾਂ ਦੁਬਈ ਦੇ। ਸਲੀਮ ਕਿੱਥੇ? ਮਤਲਬ ਹਾਰਟ ਸਿਟੀ ਦੇ ਵਿੱਚ ਹੈ, ਹਾਰਟ ਚ ਆ ਗਏ। ਹਾਂ ਹਾਰਟ ਚ ਆ ਗਏ, ਦੁਬਈ ਦੇ ਹਾਰਟ ਦੇ ਵਿੱਚ। ਉਹਦਾ ਫੇਰ ਮਾਊਂਟ ਸੀ ਉਹਦਾ, ਪਾਰਕਿੰਗ ਔਖੀ ਲੱਭਣੀ ਆ, ਫੁੱਲ ਕਰੀ ਫਿਰਦੇ ਆਪਣੇ ਅੰਦਰ।
ਦੇਖ ਲਿਆ ਮਾਹੌਲ ਘੈਂਟ ਤਰੀਕੇ ਵਾਲਾ ਹਨਾ, ਇਹ ਦੁਬਈ ਆ ਬਾਈ ਦੁਬਈ, ਇਹ ਰੌਣਕ ਮੇਲਾ, ਇਹ ਘੈਂਟ ਤਰੀਕੇ ਵਾਲਾ। ਚਲੋ ਜੀ ਅੱਗੇ ਕੀ ਕੀ ਪ੍ਰੋਗਰਾਮ ਬਣਦਾ ਅਤੇ ਆਪਾਂ ਕੈਮਰਾ ਆਪਣਾ ਆਉਣਾ, ਤੁਹਾਨੂੰ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਲਾਈਨ ਟੂ ਲਾਈਨ। ਬਾਕੀ ਮਿਲਦਾ ਫਿਰ ਅੱਗੇ ਬਬਾਸ, ਮਾਹੌਲ ਦੇਖੋ ਇਹ ਘੈਂਟ ਮਾਹੌਲ। ਲੋ ਬਈ 10 ਮਿੰਟ ਵੇਟ ਕਰਨ ਤੋਂ ਬਾਅਦ ਆਪਾਂ ਨੂੰ ਮਿਲ ਗਈ ਆ ਪਾਰਕਿੰਗ। ਬਈ ਚੱਕ ਬਈ ਮਿੱਤਰਾ, ਕਿਉਂ ਸਲੀਮੇ ਮੰਨਦਾ ਗੱਲ ਨੂੰ ਕਿ ਨਹੀਂ? ਉਹ ਵੀ ਇਸ ਟਾਈਮ ਵੀਕਐਂਡ ਤੇ ਸ਼ੇਖਦਾ ਰੋਡ ਤੇ ਮੈਣਾ ਬਹੁਤ ਔਖਾ ਨਾ। ਚੱਲ ਆ ਜਾ ਫਿਰ ਬਾਹਰ। ਪਾਰਟੀ ਸ਼ਾਰਟੀ ਕਰਨ ਤੋਂ ਬਾਅਦ ਰਾਤ ਦੇ ਵੱਜਦੇ 3 ਸਾਢੇ 3 ਹੋ ਗਏ। ਹਾਂ 3 ਵਜੇ ਅੱਛਾ ਮਾਹੌਲ ਹੈਗਾ ਏਦਾਂ ਦਾ ਤੇ ਲੈ ਵੀ ਸ਼ੀਸ਼ੇ ਚੜਾ ਦੇ ਛੋਟਿਆ ਲਗਾ ਹੀ ਐਗਜ਼ਿਟ ਦੱਸਿਆ ਉਹਨੇ, ਬਾਹਰਲਾ ਮੌਤ ਦਿਖਾ ਦਈਏ। ਚਲੋ ਦੇਖ ਲਓ ਫਿਰ ਇੱਥੋਂ ਅਸੀਂ ਨਿਕਲਣਾ ਬਾਹਰ। ਚੱਲ ਬਈ ਛੋਟੇ ਆਏ ਸ਼ਾਬਾਸ਼।
ਕਿੰਨੇ ਵੱਜ ਗਏ? 4 ਵੱਜ ਗਏ, 4 ਨੀਂਦ ਆ ਗਈ ਹੁਣ। ਰਾਤ ਆਲਮੋਸਟ ਸਾਡੀ ਲੱਗ ਗਈ ਆ। ਯਾਰ ਮਿੱਤਰ ਆਏ ਸੀ ਤੇ ਉਹਨਾਂ ਦੀ ਖਿਦਮਤ, ਯਾਰਾਂ ਦੋਸਤਾਂ ਨਾਲ ਗੱਪ ਛੱਪ। ਕਿਉਂ ਛੋਟੇ, ਬਾਕੀ ਮਾਹੌਲ ਤੁਹਾਡੇ ਸਾਹਮਣੇ ਆ, ਗੱਲਾਂ ਬਾਤਾਂ ਹੀ ਆ, ਪੁਰਾਣੀਆਂ ਯਾਦਾਂ ਨੇ। ਤੇ ਹੁਣ ਆਪਾਂ ਚੱਲਿਆ ਘਰ ਨੂੰ। ਸਾਰੀ ਰਾਤ ਜਾ ਕੇ, ਅਗਰ 4 ਵਜੇ ਤੂੰ ਜਾ ਕੇ ਸੋਵੇਂ, ਪੰਜ ਵੱਜ ਜਾਣੇ ਆ। ਠੀਕ ਆ, 5-6 ਵੱਜ ਜਾਣੇ, ਕਿਉਂਕਿ ਬੰਦਾ ਇੱਕਦਮ ਤਾਂ ਸੌਂਦਾ ਨਹੀਂ ਹੈਗਾ। ਚਲੋ ਕੋਈ ਗੱਲ ਨਹੀਂ, ਮਿਲਦੇ ਆ। ਟਾਈਮ ਤੁਹਾਨੂੰ ਦੱਸਤਾ, ਮਾਹੌਲ ਤੁਹਾਨੂੰ ਦੱਸਤਾ, ਮਤਲਬ ਹੁਣ ਆਪਾਂ ਘਰੇ ਪਹੁੰਚ ਕੇ ਤੁਹਾਨੂੰ ਫਿਰ ਸਮਝਾਉਂਦੇ ਆ ਗੱਲ ਹੈ ਕਿ ਨਹੀਂ। ਜਿੱਥੇ ਅਸੀਂ ਘੁੰਮੇ ਫਿਰੇ ਆ, ਛੋਟੇ ਮੋਟੇ ਕਲਿੱਪ ਐਡ ਕਰ ਦਿੱਤੇ ਜਾਣਗੇ। ਦੁਬਈ ਦੀਆਂ ਰੌਣਕਾਂ ਅੱਡ ਹੀ ਹੁੰਦੀਆਂ, ਤੁਹਾਨੂੰ ਪਤਾ। ਫਿਰ ਉਹ ਰੌਣਕਾਂ ਦੇ ਵਿੱਚ ਦੀ ਹੁੰਦੇ ਹੋਏ 4-5 ਹੋ ਗਏ ਨੇ, ਅਤੇ ਬਾਕੀ ਫਿਰ ਰੱਬ ਰਾਖਾ। ਹੁਣ ਘਰੇ ਜਾ ਕੇ ਸਿੱਧਾ ਪਾਰਕਿੰਗ 'ਚ ਮਿਲਦੇ ਹਾਂ ਬਾਬਾ।